4 ਜਨਵਰੀ ਨੂੰ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਸਿੰਘ ਉਰਫ ਚੀਨਾ ਦਾ 3 ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 4-5 ਦਿਨ ਤੋਂ ਬਾਅਦ ਪੁਲਿਸ ਵੱਲੋਂ ਸਾਰੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਸਵੇਰੇ ਹੁਸ਼ਿਆਰਪੁਰ SSP ਸੁਰਿੰਦਰ ਲਾਂਬਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਕੇਸ ਦੇ ਵਿੱਚ ਜੋ ਵੀ ਲੋੜੀਂਦਾ ਸ਼ਖਸ ਸੀ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੰਦੀਪ ਕੁਮਾਰ ਚੀਨਾ ਦਾ ਅੱਜ ਪੋਸਟਮਾਰਟਮ ਹੋ ਗਿਆ ਹੈ ਅਤੇ ਪਰਿਵਾਰ ਦੇ ਨਾਲ ਪੁਲਿਸ ਦੀ ਸਹਿਮਤੀ ਬਣ ਚੁੱਕੀ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਪਰਿਵਾਰ ਦਾ ਕਹਿਣਾ ਹੈ ਕਿ ਪੋਸਟਮਾਰਟਮ ਅੱਜ ਹੋ ਗਿਆ ਹੈ, ਪਰ ਜੋ ਅੰਤਿਮ ਸੰਸਕਾਰ ਹੈ ਉਹ 3 ਦਿਨ ਬਾਅਦ ਕੀਤਾ ਜਾਵੇਗਾ। ਸਾਡੇ ਨਾਲ BSP ਆਗੂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਹਨ, ਇਹਨਾਂ ਨਾਲ ਗੱਲ ਕਰਦੇ ਹਾਂ। ਪੁਲਿਸ ਵੱਲੋਂ ਜਿਹੜੇ ਸਾਰੇ ਆਰੋਪੀ ਪਕੜ ਲਏ ਗਏ ਆ, ਕਿਹੋ ਜਿਹਾ ਕੀ ਕਹਿਣਾ ਚਾਹੁੰਦੇ ਇਹ 'ਤੇ? ਦੇਖੋ, ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਔਰ ਜਿੰਨੇ ਵੀ ਉਹਦੇ ਸੰਦੀਪ ਚੀਨਾ ਦੀ ਜਿਹਦੇ ਹਮਦਰਦ ਸੀਗੇ, ਜਿਹੜੇ ਉਹਦੇ ਇਨਸਾਫ ਲੈਣ ਵਾਸਤੇ ਉੱਥੇ ਧਰਨੇ 'ਤੇ ਬੈਠੇ ਸੀ, 6 ਦਿਨ ਲਗਾਤਾਰ ਬੈਠੇ, ਉਹਨਾਂ ਦੇ ਮਨ ਨੂੰ ਇਹ ਸ਼ਾਂਤੀ ਮਿਲੀ ਹੈ ਕਿ ਪੁਲਿਸ ਨੇ ਇੱਕ ਚੰਗਾ ਕੰਮ ਕੀਤਾ, ਉਹਨਾਂ ਗੁਨਾਹਗਾਰਾਂ ਨੂੰ ਫੜ ਕੇ ਫੜਿਆ ਹੈਗਾ। ਬਹੁਤ ਵਧੀਆ, ਪੁਲਿਸ ਦੀ ਪ੍ਰਸ਼ੰਸਾ ਅਸੀਂ ਕਰਦੇ ਹਾਂ ਕਿ ਉਹਨੇ ਵਧੀਆ ਕੰਮ ਕੀਤਾ, ਤਾਲਮੇਲ ਦੇ ਨਾਲ ਇੱਕ ਤਰੀਕੇ ਨਾਲ ਅੱਛਾ ਕੰਮ ਕੀਤਾ ਪੁਲਿਸ ਨੇ। ਪੋਸਟਮਾਰਟਮ ਅੱਜ ਹੋ ਗਿਆ ਹੈ ਅਤੇ ਸੰਸਕਾਰ ਕਦੋਂ ਕੀਤਾ ਜਾਵੇ? ਪੋਸਟਮਾਰਟਮ ਹੋ ਰਿਹਾ ਹੈਗਾ ਅਤੇ ਸੰਸਕਾਰ ਜਿਹੜਾ ਹੈਗਾ ਪਰਸੋਂ 12 ਤਰੀਕ ਨੂੰ ਕਰਾਂਗੇ ਉਹਦਾ। ਪੁਲਿਸ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਹੋ? ਹਾਂ ਬਿਲਕੁਲ, ਪੁਲਿਸ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਮਾਂ ਭਾਵੇਂ ਲੱਗਾ ਪਰ ਪੁਲਿਸ ਨੇ ਇੱਕ ਚੰਗਾ ਕੰਮ ਕੀਤਾ, ਇਹਦੇ ਲਈ ਅਸੀਂ ਪੁਲਿਸ ਦਾ ਧੰਨਵਾਦ ਕਰਦੇ ਹਾਂ। ਤੁਹਾਡੇ ਨਾਲ ਹੋਰ ਵੀ ਆਗੂ ਨੇ, ਕੀ ਕਹਿਣਾ ਚਾਹੁੰਦੇ ਹੋ? ਮਤਲਬ ਜੋ ਤੁਸੀਂ ਦੇਖ ਹੀ ਲਿਆ, ਜਿਹੜੀ ਪੁਲਿਸ ਦੀ ਜਿਹੜੀ ਵਧੀਆ ਕਾਰਗੁਜ਼ਾਰੀ ਸੀਗੀ ਔਰ ਉਹਨਾਂ ਨੇ ਸ਼ੋਰਟ ਟਾਈਮ ਦੇ ਵਿੱਚ ਹੀ ਜਿੰਨਾ ਟਾਈਮ ਮੰਗਿਆ ਸੀ ਉਹਦੇ ਵਿੱਚ ਡੂਰਿੰਗ ਉਹਨਾਂ ਨੇ ਜਿਹੜਾ ਸੀਗਾ ਆਪਣਾ ਜਿਹੜਾ ਵਧੀਆ ਕੰਮ ਕਰਕੇ ਜਿਹੜਾ ਹੈਗਾ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਜਿਹੜਾ ਤੁਸੀਂ ਬਾਕੀ ਦੇਖਦੇ ਹੀ ਆ ਨੈੱਟ ਦੇ ਉੱਤੇ ਜਿਹੜੀਆਂ ਵੀਡੀਓ ਚੱਲ ਰਹੀਆਂ ਉਹਨਾਂ ਦੀਆਂ, ਵਧੀਆ ਵਧੀਆ ਕਾਰਗੁਜ਼ਾਰੀ ਰਹੀ ਪੁਲਿਸ ਦੀ। ਜੇਕਰ ਜੀ ਦੀ ਗੱਲ ਕੀਤੀ ਜਾਵੇ, ਜਿਹੜਾ ਚਲਾ ਗਿਆ ਉਹਨੇ ਸਾਡੇ ਵਿੱਚ ਨਹੀਂ ਆਉਣਾ, ਪਰ ਲੱਗਦਾ ਸੀ ਕਿ ਪੁਲਿਸ ਪਹਿਲਾਂ ਇੱਥੇ ਕੋਈ ਕਾਰਵਾਈ ਕਰ ਸਕਦੀ ਸੀ ਤਾਂ ਉਹਦੀ ਜਾਨ ਬਚ ਸਕਦੀ ਸੀ? ਜਿੱਦਾਂ ਕਿ ਪਰਿਵਾਰ ਮੈਂਬਰ ਨੇ ਹੋਰਾਂ ਨੇ ਦੱਸਿਆ ਸੀ ਵੀ ਜਦੋਂ ਮੇਰੀ ਗੱਡੀ ਦਾ ਪਿੱਛਾ ਵੀ ਕੀਤਾ ਤਾਂ ਉਦੋਂ ਵੀ ਦਰਖਾਸਤ ਜਿਹੜੀ ਹਰਿਆਣੇ ਉੱਥੇ ਥਾਣੇ ਜਿਹੜੀ ਦਿੱਤੀ ਗਈ, ਜੇਕਰ ਉਹ ਕਿਤੇ ਬੁੱਲਵਾਲ ਦਿੱਤੀ, ਜੇਕਰ ਉਹ ਚੀਜ਼ 'ਤੇ ਗੌਰ ਹੋ ਜਾਂਦਾ ਅਤੇ ਸ਼ਾਇਦ ਸਾਡਾ ਭਰਾ ਜਿਹੜਾ ਚੀਨਾ ਭਰਾ ਇੱਥੇ ਆਪਣੇ ਵਿੱਚ ਜਿਹੜਾ ਖੜਾ ਮੌਜੂਦ ਹੁੰਦਾ। ਪਰ ਉਹਨੂੰ ਯਾਦ ਰੱਖਣ ਵਾਸਤੇ ਜਿੱਦਾਂ ਕਿ ਪੁਲਿਸ ਪ੍ਰਸ਼ਾਸਨ ਨੇ ਕਾਫੀ ਜਿਹੜੀਆਂ ਟੀਮਾਂ ਲਾਈਆਂ ਸੀ, ਅੱਜ 7ਵਾਂ ਦਿਨ ਸੀ, 7ਵੇਂ ਦਿਨ ਜਾ ਕੇ ਜਿਹੜਾ ਉਹ ਜਿਹੜੇ ਦੋਸ਼ੀ ਸੀਗੇ ਫੜ ਹੋਏ। ਫੜਨ ਤੋਂ ਬਾਅਦ ਆਪਾਂ ਵੀ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਵੀ ਸਾਡਾ ਭਰਾ ਹਮੇਸ਼ਾ ਸਮਾਜ ਲਈ ਖੜਾ ਅਤੇ ਸਾਰਿਆਂ ਵਾਸਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਖੜਾ। ਉਹਦੀ ਯਾਦ ਵਿੱਚ ਜਿਹੜਾ ਉਹ ਸ਼ਹੀਦ ਹੋਇਆ ਉਹਨੂੰ ਸ਼ਹੀਦ ਦਾ ਜਿਹੜਾ ਦਰਜਾ ਦੇਣਾ ਚਾਹੀਦਾ ਅਤੇ ਜਿਹੜਾ ਚੌਂਕ ਆ ਚੌਂਕ ਦਾ ਨਾਂ ਵੀ ਸਾਡੇ ਭਰਾ ਦੇ ਉੱਪਰ ਨਾਂ 'ਤੇ ਰੱਖਣਾ ਚਾਹੀਦਾ, ਸੜਕ ਚੌਂਕ ਦਾ ਨਾਂ, ਅਤੇ ਉਹਦਾ ਸਟੈਚੂ ਵੀ ਜਿਹੜਾ ਆ ਉਹ ਸਾਰਿਆਂ ਦੀ ਸਾਥੀਆਂ ਨਾਲ ਇਕੱਠੇ ਹੋ ਕੇ ਜਿਹੜਾ ਲਾਵਾਂਗੇ, ਕਿਉਂਕਿ ਉਹਦੀ ਤਸਵੀਰ ਨੂੰ ਦੇਖ ਕੇ ਯਾਦ ਕਰਕੇ ਉਹਨੂੰ ਬਾਕੀ ਜਿਹੜੇ ਸਾਥੀ ਪਿਆਰ ਕਰਦੇ। ਇਸ ਵਿੱਚ ਤੁਸੀਂ ਇਹ ਧਰਨੇ 'ਤੇ ਇਹ ਚੀਜ਼ ਦੇਖੀ ਆ ਵੀ ਜਿੰਨੇ ਭਰਾ ਦੇ ਜਿੰਨੇ ਬੰਦੇ ਬੋਲੇ ਆ ਉਹ ਸਾਰਿਆਂ ਨੇ ਕਿਹਾ ਆ ਵੀ ਮੈਂ ਵੀ ਮੇਰਾ ਵੀ ਸਾਥ ਦਿੱਤਾ, ਚਾਹੇ ਉਹ ਅਕਾਲੀ ਦਲ ਦਾ ਹੋਵੇ, ਚਾਹੇ ਬਸਪਾ ਦਾ ਹੋਵੇ, ਚਾਹੇ ਜਥੇਬੰਦੀ ਦਾ ਆਗੂ ਜ਼ਬਾਨ ਹੈ, ਹਰ ਇੱਕ ਪਾਰਟੀ ਦੇ ਆਗੂ ਜ਼ਬਾਨ ਨੇ ਖੜ੍ਹ ਕੇ ਕਿਹਾ ਵੀ ਇੱਦਾਂ ਦਾ ਭਰਾ ਸੀ ਵੀ ਜੇ ਅਸੀਂ ਕੋਈ ਚੀਜ਼ ਲੈ ਵੀ ਗਏ ਹਾਂ ਅਤੇ ਉਹਨੇ ਪੈਸੇ ਕਦੀ ਮੁੜ ਕੇ ਨਹੀਂ ਮੰਗੇ, ਅਸੀਂ ਜ਼ਬਰਦਸਤ ਦਿੰਦੇ ਤਾਂ ਵੀ ਨਹੀਂ ਲੈਂਦਾ ਸੀ ਵੀ ਹਰ ਇੱਕ ਗਰੀਬ ਵਰਗ ਦਾ, ਹਰ ਇੱਕ ਜਿਹੜੀ ਪੜ੍ਹਨ ਵਾਲੀ ਪੜ੍ਹਾਈ ਕੋਈ ਵੀ ਸਾਥੀ ਜੋ ਕੋਈ ਸਮਾਜ ਸੇਵਾ ਵਾਸਤੇ ਉਹ ਅੱਗੇ ਆ ਕੇ ਲਿਆ, ਇੱਦਾਂ ਦੇ ਬੰਦੇ ਨੂੰ ਜਿਹੜਾ ਸ਼ਹੀਦ ਦਾ ਦਰਜਾ ਸਾਰੇ ਸਾਥੀ ਆਪਾਂ ਦੇਵਾਂਗੇ ਸਮਾਜ ਵੱਲੋਂ। ਮਾਨ ਸਾਹਿਬ ਜੀ, ਗੱਲ ਕੀਤੀ ਜਾਵੇ, ਟੋਟਲ 8 ਲੋਕ ਗ੍ਰਿਫਤਾਰ ਕੀਤੇ ਆ, ਜਿਨ੍ਹਾਂ ਨੇ ਉਹਨਾਂ ਦੀ ਮਦਦ ਵੀ ਕੀਤੀ ਸੀ ਉਹ ਵੀ ਗ੍ਰਿਫਤਾਰ ਕਰ ਲਏ ਆ, ਤਾਂ ਪੁਲਿਸ ਨੂੰ ਇੱਥੇ ਤੁਸੀਂ ਕਹਿਣਾ ਚਾਹੁੰਦੇ ਹੋ? ਪੁਲਿਸ ਇਹ ਤਾਂ ਵਧੀਆ ਹੈ, ਜਦੋਂ ਦੇਖੋ ਜਦੋਂ ਲੀਡ ਤੁਰਦੀ ਆ ਤਾਂ ਫਿਰ ਨਾ ਕੋਈ ਕਲੂ ਤਾਂ ਨਿਕਲਦਾ ਹੀ ਹੈ ਨਾ ਜੀ। ਸਵਾਟਰ ਜਦੋਂ ਉੱਧਰ ਦਾ ਤੰਦ ਤਾਂ ਜਾਂਦੀ ਗਲੇ ਤੱਕ, ਉਹ ਜਿਹੜਾ ਸਾਰਾ ਸੀਗਾ ਤੁਹਾਨੂੰ ਪਤਾ ਹੀ ਆ ਵੀ ਉਹ ਸਾਰਾ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਸਾਰਾ ਜਿਹੜਾ ਸਿਸਟਮ ਨੂੰ ਬਣਾ ਕੇ ਔਰ ਜਿਹੜੇ ਦੋਸ਼ੀ ਗ੍ਰਿਫਤਾਰ ਕਰ ਲਏ ਆ, ਉਹ ਬੜੀ ਵਧੀਆ ਸ਼ਲਾਘਾਯੋਗ ਗੱਲ ਹੈਗੀ ਆ ਇਹ। ਦੂਜੀ ਗੱਲ ਇਹ ਆ ਕਿ ਜਿਹੜਾ
ਇਹਦੇ ਨਾਲ ਨਾਲ ਪੁਲਿਸ ਨੂੰ ਇੱਕ ਹੋਰ ਕੰਮ ਕਰਨਾ ਚਾਹੀਦਾ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਸੁਰੱਖਿਆ ਆ ਉਹਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਕਿ ਦੇਖੋ ਹਜੇ ਤੱਕ ਜਿਹੜਾ ਮਾਹੌਲ ਹੈਗਾ ਉਹ ਇੱਦਾਂ ਦਾ ਹੀ ਗਰਮ ਹੈਗਾ ਕਿ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਸੁਰੱਖਿਆ ਜਿਹੜੀ ਹੈਗੀ ਆ ਉਹ ਦਿੱਤੀ ਜਾਣੀ ਚਾਹੀਦੀ ਆ। ਉਹ ਬਹੁਤ ਜ਼ਿਆਦਾ ਜਿਹੜੀ ਕਿ ਬਹੁਤ ਲਾਜ਼ਮੀ ਆ ਇਹ ਜਿਹੜੀ ਚੀਜ਼ ਆ ਤਾਂ ਜੋ ਕਿ ਉਹਨਾਂ ਦੀ ਜਿਹੜੀ ਸੁਰੱਖਿਆ ਜਿਹੜੀ ਹੈਗੀ ਆ ਉਹ ਯਕੀਨੀ ਬਣਾਈ ਜਾ ਸਕੇ। ਸੋ ਬਾਕੀ ਸਾਡੇ ਸਾਥੀ ਹੈਗੇ ਆ ਉਹ ਤੁਹਾਨੂੰ ਜ਼ਿਆਦਾ ਵਿਸਥਾਰ ਦੇ ਵਿੱਚ ਦੱਸ ਦਿੰਦੇ ਕਿ ਜਿੱਦਾਂ ਜੱਸੀ ਤੱਲਣ ਜੀ ਨੇ ਕਿਹਾ ਕਿ ਰਾਤੀ ਵੀ ਸਾਡੀ ਗੱਲ ਹੋਈ ਸੀ ਇਸ ਮੈਟਰ ਦੇ ਉੱਤੇ ਕਿ ਉਹਨਾਂ ਦਾ ਜਿਹੜਾ ਹੈਗਾ ਆ ਇੱਕ ਜਿਹੜਾ ਸਟੈਚੂ ਜਿਹੜਾ ਆ ਉਹ ਆਪਾਂ ਚਾਹੁੰਦੇ ਹਾਂ ਕਿ ਉਹ ਉੱਥੇ ਅੱਡੇ ਦੇ ਵਿੱਚ ਲੱਗ ਜਾਵੇ ਜਿਹਦੇ ਨਾਲ ਸਾਡੇ ਸਮਾਜ ਨੂੰ ਉਹਨੂੰ ਦੇਖ ਕੇ ਜਿਹੜੇ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਕੋਈ ਸੇਧ ਮਿਲ ਸਕੇ ਕਿ ਉਹ ਇੱਕ ਕ੍ਰਾਂਤੀਕਾਰੀ ਔਰ ਊਰਜਾਵਾਨ ਬੰਦਾ ਸੀਗਾ ਜਿਹਨੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਭਲਾ ਕੀਤਾ ਸੀਗਾ। ਉਹਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹ ਚਾਹੇ ਕੋਈ ਕਾਂਗਰਸੀ ਸੀ ਚਾਹੇ ਅਕਾਲੀ ਦਲ ਦਾ ਸੀਗਾ ਚਾਹੇ ਜਿਹੜੀ ਵੀ ਮਰਜ਼ੀ ਪਾਰਟੀ ਨਾਲ ਸੀ ਉਹ ਸਾਰਿਆਂ ਨੂੰ ਖਿੜੇ ਮੱਥੇ ਮਿਲਦਾ ਸੀ। ਸੋ ਆਪਾਂ ਚਾਹੁੰਦੇ ਕਿ ਉਹਦੇ ਨਾਂ ਦਾ ਕੋਈ ਯਾਦਗਾਰੀ ਜਿਹੜਾ ਬੁੱਤ ਹੈਗਾ ਉੱਥੇ ਸਥਾਪਿਤ ਹੋ ਜਾਵੇ। ਸਰਕਾਰ ਅੱਗੇ ਇਹ ਬੇਨਤੀ ਹੈ ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਕੰਸੀਡਰ ਕਰ ਲੈਣ। ਧੰਨਵਾਦ ਜੀ। ਤਾਂ ਇਹ ਸਨ ਸੰਦੀਪ ਕੁਮਾਰ ਛੀਨਾ ਨੂੰ ਚਾਹਣ ਵਾਲੇ ਅਤੇ ਨਾਲ ਇਹਨਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਵੱਲੋਂ ਸਰਕਾਰ ਦੇ ਅੱਗੇ ਵੀ ਅਪੀਲ ਕੀਤੀ ਗਈ ਹੈ ਕਿ ਇੱਕ ਬੁੱਤ ਸਟੈਚੂ ਉੱਥੇ ਲਗਾਇਆ ਜਾਵੇ ਤਾਂ ਜੋ ਜੋ ਨੌਜਵਾਨ ਪੀੜ੍ਹੀ ਆਉਣ ਵਾਲੀ ਆ ਉਸ ਨੂੰ ਦੇਖ ਕੇ ਉਹਨਾਂ ਰਾਹਾਂ 'ਤੇ ਚੱਲ ਸਕੇ। ਕੈਮਰਾਮੈਨ ਜੱਸੀ ਦੇ ਨਾਲ ਅਮਰੀਕ ਕੁਮਾਰ, ਨਿਊਜ਼ 18 ਹੁਸ਼ਿਆਰਪੁਰ।